सत श्रीकाल जी सारिया नू, मैं मनदीप सिंह ढिल्लों अज तुहाडा फिर स्वागत करदा जी एक वीडियो दे विच। बड़े दिनों तो देख रहे हैं जी सोशल मीडिया दे उपर एक चर्चा चल रही है कि दलजीत दसांझ एक फिल्म बना रहा जी चमकीले दे उपर। तो अज असी खड़े हाँ जी जिला जलंधर के पिंड हेरां दे विच। जिला जलंधर का पिंड हेरां भी एक इतिहासिक पिंड आ, क्योंकि इत्थे दा भाई गुरदीप सिंह दीपा, जिसनों तुसी दीपा हेरां वाला ते अक्सर कई लोग उन्हां नू दुआबे का शेर भी कहिंदे आ, भाई गुरदीप सिंह दीपे ने अपने साथियों के नाल चमकीले का सौदा लाया सी। ते अज असी तुहानू उन्हां दे जद्दी घर ते उन्हां दे पिंड दे दर्शन करावांगे। देखदे हां सानू उन्हां दे घर दे विच कौन मिलदा, ते आओ तुहानू लै के चलदे हां भाई गुरदीप सिंह दीपे दे, जाणी कि दीपा हेरां वाले दे जद्दी घर। आपां बापू जी नूं माड़ा जिहा राह पुछदे हां, ठीक है? हां जी, सति श्री अकाल बापू जी। बापू जी हेरां पिंड ही है जी इह? हां जी। अच्छा जी बापू जी, आपां जाणा सी भाई गुरदीप सिंह दीपे जी दे घर। आड़ा रोड कोसिया तों ना जांदा। हां जी, हेरां नूं ਪਹਿਲਾਂ ਉਹਨਾਂ ਦੇ ਘਰ ਕੋਈ ਆਪਾਂ ਨੂੰ ਮਿਲ ਜੂਗਾ? ਉਹਦਾ ਭਰਾ ਮਿਲ ਜੂਗਾ। ਠੀਕ ਆ ਜੀ। ਉਹ ਮਤਲਬ ਉਹਨਾਂ ਦੀ ਪੂਰੀ ਫੈਮਿਲੀ ਇੱਥੇ ਰਹਿੰਦੀ ਹੈ? ਉਹਦੇ ਬ੍ਰਦਰ ਦੀ? ਕੱਲਾ ਬ੍ਰਦਰ ਹੀ। ਅੱਛਾ, ਕੱਲਾ ਬ੍ਰਦਰ ਹੀ ਰਹਿੰਦਾ? ਠੀਕ ਆ ਜੀ। ਤੇ ਬਾਕੀ ਫੈਮਿਲੀ? ਬਾਕੀ ਫੈਮਿਲੀ ਮੰਮੀ ਡੈਡੀ ਤੇ ਮੁੱਕ ਗਏ। ਜਿਹੜਾ ਛੋਟਾ ਭਰਾ ਆ। ਅੱਛਾ ਜੀ, ਦੀਪੇ ਦਾ ਵੱਡਾ? ਉਹ ਕੈਨੇਡਾ ਦੇ। ਅੱਛਾ, ਉਹ ਕੈਨੇਡਾ ਦੇ ਵਿੱਚ ਆ? ਸਾਰੀ ਫੈਮਿਲੀ ਉੱਥੇ। ਠੀਕ ਆ ਜੀ, ਠੀਕ ਆ। ਤੇ ਉਹਨਾਂ ਦਾ ਕੀ ਨਾਮ ਆ ਜੀ ਜਿਹੜੇ ਬ੍ਰਦਰ ਆ ਉਹਨਾਂ ਦੇ? ਬ੍ਰਦਰ ਦਾ ਨਾਮ ਉਹਦਾ ਜਰਾ ਵੱਡੇ ਨਾਲ ਹੈਗਾ ਜੰਗ ਬਹਾਦਰ। ਹਾਂਜੀ। ਤੇ ਛੋਟੇ ਦੇ ਨਾਂ ਪਾਲਾ। ਅੱਛਾ ਜੀ, ਪਾਲਾ ਭਾਜੀ ਆਪਾਂ ਨੂੰ ਮਿਲੂਗਾ। ਤੇ ਕਿੱਧਰਲੇ ਪਾਸੇ ਘਰ ਆ ਜੀ? ਉਰਲੇ ਪਾਸੇ ਕੋਸੇ ਵਾਲੇ ਜਾਂਦੇ ਨੇ, ਪਹਿਲਾ ਰੋਡ ਤੇ ਪਹਿਲਾ ਘਰ ਹੁੰਦਾ। ਤੇ ਹੁਣ ਜਦੋਂ ਆਪਾਂ ਇਧਰੋਂ ਜਾਵਾਂਗੇ ਤਾਂ ਕਿੱਧਰ ਨੂੰ ਜਾਈਏ? ਬਸ ਦੇ ਘਰ ਦੇ ਸਾਹਮਣੇ ਤੁਸੀਂ ਜਾ ਜਾਓ ਤਾਂ ਐਂਟਰ ਹੋਣਾ ਹੀ ਆ। ਹਾਂਜੀ। ਤੇ ਖੱਬੇ ਹੱਥੋਂ ਦਾ ਘਰ ਆ। ਠੀਕ ਆ ਜੀ। ਇੱਕ ਹਵੇਲੀ ਆਉਣੀ। ਠੀਕ ਆ ਜੀ। ਛੋਟਾ ਜਿਹਾ ਘਰ ਹੋਣਾ ਤੇ ਉਹਦੇ ਨਾਲ ਦਾ ਘਰ, ਗੇਟ ਲੱਗਾ, ਟਾਈਲਾਂ ਲੱਗੀਆਂ ਉੱਤੇ। ਠੀਕ ਹੈ। ਆਪਾਂ ਕੀ ਨਾਂ ਦੱਸਿਆ ਤੁਸੀਂ ਭਾਈ ਸਾਹਿਬ ਦਾ ਉਹਨਾਂ ਦਾ? ਜੰਗ ਬਹਾਦਰ। ਨਹੀਂ, ਜਿਹੜੇ ਇੱਥੇ ਆ ਉਹਦਾ ਹੀ ਵੱਡਾ ਭਰਾ ਉਹਦਾ, ਜੰਗ ਬਹਾਦਰ। ਅੱਛਾ, ਉਹੀ ਮਿਲੂ ਗਿਆ ਸਾਨੂੰ, ਮਤਲਬ ਜੇ ਕਿਸੇ ਨੂੰ ਪੁੱਛਣਾ ਹੋਵੇ ਆਪਾਂ ਜੰਗ ਬਹਾਦਰ ਦਾ ਘਰ ਪੁੱਛੀਏ। ਠੀਕ ਆ ਜੀ, ਠੀਕ ਹੈ, ਠੀਕ ਹੈ ਬਾਪੂ ਜੀ, ਮਿਹਰਬਾਨੀ, ਬਹੁਤ ਬਹੁਤ ਬਾ, ਮਿਹਰਬਾਨੀ, ਬਹੁਤ ਬਹੁਤ ਜੀ। ਆਓ ਤਾਂ ਜੀ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਦਰਸ਼ਨ ਕਰਾਉਣ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲੇ, ਜਾਣੀ ਕਿ ਦੁਆਬੇ ਦੇ ਸ਼ੇਰ ਦੇ ਘਰ। ਅਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੇ ਘਰ ਕੋਲ ਪਹੁੰਚ ਕੇ ਕੈਮਰਾ ਬੰਦ ਕਰਕੇ ਉਹਨਾਂ ਦੇ ਘਰੋਂ ਲਵਾਂਗੇ ਪਰਮਿਸ਼ਨ ਉਹਨਾਂ ਦੇ ਵੱਡੇ ਬਾਈ ਜੀ ਕੋਲੋਂ ਕਿ ਆਪਾਂ ਵੀਡੀਓ ਬਣਾ ਸਕਦੇ ਹਾਂ। ਅਤੇ ਉਸ ਤੋਂ ਬਾਅਦ ਵਿੱਚ ਜੇਕਰ ਉਹਨਾਂ ਨੇ ਪਰਮਿਸ਼ਨ ਦਿੱਤੀ ਤਾਂ ਫਿਰ ਤੁਹਾਡੀ ਕਰਾਉਂਦੇ ਹਾਂ ਉਹਨਾਂ ਦੇ ਨਾਲ ਗੱਲਬਾਤ, ਅਤੇ ਨਾਲ ਭਾਈ ਗੁਰਦੀਪ ਸਿੰਘ ਦੀਪੇ ਜੀ ਦਾ ਜੱਦੀ ਘਰ ਤੁਹਾਨੂੰ ਦਿਖਾਉਂਦੇ ਹਾਂ। ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਅਤੇ ਲਓ ਜੀ ਹੁਣ ਆਪਾਂ ਪਹੁੰਚ ਚੱਲੇ ਹਾਂ ਸਾਹਮਣੇ, ਆਹ ਟੈਲਾਂ ਵਾਲਾ ਘਰ ਆ ਭਾਈ ਗੁਰਦੀਪ ਸਿੰਘ ਦੀਪਾ ਜੀ ਦਾ। ਅਤੇ ਸਭ ਤੋਂ ਪਹਿਲਾਂ ਆਪਾਂ ਕੈਮਰਾ ਬੰਦ ਕਰਕੇ ਲੈ ਲਈਏ ਪਰਮਿਸ਼ਨ। ਅਤੇ ਲਓ ਜੀ ਪਰਮਿਸ਼ਨ ਸਾਨੂੰ ਮਿਲ ਗਈ ਹੈ ਉਹਨਾਂ ਦੇ ਵੱਡੇ ਬਾਈ ਜੀ, ਕਹਿੰਦੇ ਆਓ ਜੀ ਸਾਧ ਕੇ, ਤੁਸੀਂ ਐਡੀ ਦੂਰੋਂ ਆਏ ਹਾਂ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਆਓ ਤੁਹਾਨੂੰ ਕਰਾਉਂਦੇ ਹਾਂ ਭਾਈ, ਅਤੇ ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲੇ ਦੇ ਵੱਡੇ ਬਾਈ ਜੀ ਦੇ ਨਾਲ। ਅਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਠੀਕ ਹੈ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਕਿੱਦਾਂ? ਹਾਂ ਠੀਕ ਠਾਕ ਜੀ, ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ? ਹਾਂਜੀ ਚੜ੍ਹਦੀ ਕਲਾ। ਅਸੀਂ ਆਏ ਹਾਂ ਜੀ ਬਹੁਤ ਦੂਰੋਂ ਤੁਹਾਡੇ ਅੱਜ ਦਰਸ਼ਨ ਕਰਨ। ਅੱਛਾ ਜੀ। ਅੱਜ ਨਾ ਸਬੱਬੀ ਜਿੱਦਾਂ ਬਣਿਆ, ਅਸੀਂ ਤੁਹਾਨੂੰ ਕੀ ਦੱਸੀ, ਅਸੀਂ 4 ਵਾਰੀ ਪਹਿਲਾਂ ਆ ਗਏ। ਅੱਛਾ। ਜਲੰਧਰੋਂ ਘੁੰਮ ਘੁੰਮ ਕੇ ਮੁੜ ਗਏ। ਠੀਕ। 4 ਵਾਰੀ ਅਸੀਂ ਆਏ ਆਏ ਇੱਥੇ ਨੂੰ ਤੁਹਾਡੇ ਪਿੰਡ ਨੂੰ। ਅੱਛਾ ਜੀ। ਅਸੀਂ ਜਲੰਧਰੋਂ ਹੀ ਘੁੰਮ ਕੇ, ਸਾਨੂੰ ਜਲੰਧਰ ਕੋਈ ਕੰਮ ਹੁੰਦਾ ਸੀ, ਅਸੀਂ ਜਲੰਧਰੋਂ ਕਰਦੇ ਕੁਰਦੇ ਲੇਟ ਹੋ ਜਾਈਦਾ ਸੀ। ਅੱਜ ਫਿਰ ਸਪੈਸ਼ਲ ਮੈਂ ਕਿਹਾ ਨਹੀਂ ਅੱਜ ਜਾ ਕੇ ਹੀ ਆਉਣਾ, ਤੇ ਤੁਹਾਡੇ ਦਰਸ਼ਨ ਕਰਨ ਆਏ ਹਾਂ ਜੀ। ਤੇ ਅਸੀਂ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ ਕਰਾਂਗੇ ਭਾਈ ਹਰਦੀਪ ਸਿੰਘ ਦੀਪੇ ਜੀ ਦੇ ਬਾਰੇ। ਠੀਕ ਹੈ ਜੀ। ਅਸੀਂ ਚਾਹਾਂਗੇ ਕਿ ਤੁਸੀਂ ਕੁਛ ਉਹਨਾਂ ਦੀਆਂ ਜਿਹੜੀਆਂ ਯਾਦਾਂ ਸਾਡੇ ਨਾਲ ਤਾਜ਼ੀਆਂ ਕਰੋ। ਕਰਾਂਗੇ। ਤੇ ਆਪਾਂ ਕੁਛ ਗੱਲਾਂ ਬਾਤਾਂ ਕਰਦੇ ਹਾਂ। ਠੀਕ ਹੈ। ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਕੀ ਆ ਜੀ? ਮੇਰਾ ਨਾਮ ਜੰਗ ਬਹਾਦਰ ਸਿੰਘ ਹੈ। ਜੰਗ ਬਹਾਦਰ ਸਿੰਘ, ਠੀਕ ਆ ਜੀ। ਤੇ ਭਾਈ ਹਰਦੀਪ ਸਿੰਘ ਦੀਪਾ ਤੁਹਾਡੇ ਤੋਂ ਵੱਡੇ ਸੀ ਕਿ ਛੋਟੇ? ਮੇਰੇ ਸਾਡੇ ਤੋਂ ਉਹ ਮੇਰੇ ਤੋਂ ਸੀਗਾ ਉਹ ਚੌਥੇ ਥਾਂ ਸੀ। ਤੇ ਪਹਿਲੀ ਵੱਡੀ ਮੇਰੀ ਭੈਣ, ਉਦੋਂ ਛੋਟਾ ਮੈਂ, ਉਦੋਂ ਛੋਟੀ ਮੇਰੀ ਭੈਣ, ਉਦੋਂ ਛੋਟਾ ਦੀਪਾ, ਉਦੋਂ ਛੋਟਾ ਪਾਲਾ। ਠੀਕ ਆ ਜੀ। ਉਹ ਕੈਨੇਡਾ ਪਾਲਾ ਸਭ ਤੋਂ ਛੋਟਾ ਜਿਹੜਾ। ਠੀਕ ਆ ਜੀ, ਠੀਕ ਆ। ਹਾਂਜੀ। ਤੇ ਕੁਛ ਯਾਦ ਆ ਭਾਈ ਹਰਦੀਪ ਸਿੰਘ ਦੀਪਾ ਕਿਹੜੇ ਸਾਲ ਦੇ ਵਿੱਚ ਘਰੋਂ ਗਏ ਸੀਗੇ ਜਾਂ ਫਿਰ? ਹਾਂਜੀ, ਉਹ ਮਾਰਚ 1986 ਨੂੰ ਜਿੱਦਾਂ ਘਰ ਛੱਡਦਾ ਸੀ। ਠੀਕ ਆ ਜੀ। ਹਾਂਜੀ। ਤੇ ਉਹ ਕਿਹਨਾਂ ਤੋਂ ਜ਼ਿਆਦਾ ਪ੍ਰਭਾਵਿਤ ਸੀ, ਸੰਤ ਚੰਨਾ ਸਿੰਘ ਖਾਲਸਾ ਜੀ ਪਿੰਡਰਾਂ ਵਾਲਿਆਂ ਤੋਂ ਜਾਂ ਹੋਰ ਕਿਸੇ ਸਿੰਘ? ਸੰਤਾਂ ਤੋਂ ਜ਼ਿਆਦਾ ਬਹੁਤ ਸੀਗੇ ਪ੍ਰਭਾਵਿਤ, ਮਤਲਬ ਉਹਨਾਂ ਨੂੰ ਬਹੁਤ, ਜਿੱਦਾਂ ਮਤਲਬ ਉਹਨਾਂ ਦਾ ਬਹੁਤ ਨਾਮ ਜਪਦੇ ਸੀ ਸੰਤਾਂ ਦਾ, ਬਹੁਤ ਉਹਨਾਂ ਮਤਲਬ ਸੰਤਾਂ ਦੀ ਬਹੁਤ ਲਗਨ ਸੀ ਉਹਨਾਂ ਨੂੰ।
ਠੀਕ ਆ ਜੀ। ਤੇ ਮੈਂ ਇੱਕ ਦਿਨ ਅੱਗੇ ਵੀ ਇਹਨਾਂ ਬਾਰੇ ਦੇਖਦਾ ਸੀ ਵੀਡੀਓ, ਤੇ ਮੈਂ ਦੇਖਿਆ ਕਿ ਬਹੁਤ ਸਾਰੀਆਂ ਵੀਡੀਓ ਮਿਲਦੀਆਂ ਇੰਟਰਨੈਟ ਤੇ, ਤੇ ਮੈਂ ਵੀ ਦੁਆਬੇ 'ਚ ਹੀ ਰਹਿੰਦਾ ਤੇ ਮੈਨੂੰ ਮਾਣ ਜਿਹਾ ਮਹਿਸੂਸ ਹੋਇਆ ਵੀ ਬਹੁਤ ਸਾਰੇ ਲੋਕੀ ਭਾਈ ਹਰਦੀਪ ਸਿੰਘ ਦੀਪੇ ਨੂੰ ਦੁਆਬੇ ਦਾ ਸ਼ੇਰ ਕਹਿੰਦੇ ਹਨ। ਗੁਰਦੀਪ ਸਿੰਘ ਦੀਪਾ ਹਰਦੀਪ ਨੇ ਗੁਰਦੀਪ ਸਿੰਘ ਦੀਪਾ ਦੀਪਾ ਹੇਰਾ ਹਾਂਜੀ ਦਰਅਸਲ ਹਰਦੀਪ ਨੇ ਦੀਪਾ ਹੇਰਾ ਹਾਂਜੀ ਹਾਂਜੀ ਗੁਰਦੀਪ ਗੁਰਦੀਪ ਸਿੰਘ ਦੀਪਾ ਹਾਂਜੀ ਹੇਰਾ ਹਾਂਜੀ ਹਾਂਜੀ ਜ਼ਿਆਦਾ ਦੀਪਾ ਹੀ ਕਹਿੰਦੇ ਜੀ। ਬਾਈ ਜੀ ਜਦੋਂ ਭਾਈ ਗੁਰਦੀਪ ਸਿੰਘ ਦੀਪੇ ਦਾ ਨਾਂ ਪਹਿਲੀ ਵਾਰੀ ਕਿਸੇ ਕੇਸ ਦੇ ਵਿੱਚ ਆਇਆ, ਉਸ ਸਮੇਂ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀ, ਜਾਂ ਕਰ ਤੁਹਾਨੂੰ ਪਹਿਲਾਂ ਹੀ ਕੋਈ ਅੰਦਾਜ਼ਾ ਸੀਗਾ? ਅਸੀਂ ਤਾਂ ਘਰ ਹੀ ਆਪਣਾ ਕੰਮ ਕਰਦੇ ਸੀਗੇ ਤੇ ਉਹਦਾ ਕੁਦਰਤੀ ਜਿੱਦਾਂ ਨਾ ਕੁਝ ਅਚੰਬਾ ਜਿਹਾ ਜਿੱਦਾਂ ਹੋ ਗਿਆ ਵੀ ਸਾਡਾ ਬੰਦਾ ਕਿੱਦਾਂ ਘਰੋਂ ਚਲੇ ਗਿਆ। ਮਤਲਬ ਉਹ ਜਿੱਦਾਂ ਕਿ ਇਹ ਲਹਿਰ ਜਿਹੜੀ ਗੁਪਤ ਸੀਗੀ, ਇਹ ਕਾਫੀ ਚਿਹਰ ਮੁੰਡੇ ਉੱਥੇ ਇਹ ਦੁਕਾਨ ਤੇ ਕੰਮ ਕਰਦਾ ਸੀ ਤੇ ਸਾਡੇ ਨਜ਼ਦੀਕ ਹੀ ਇੱਕ ਮੋਟਰਾਂ ਦੀ ਦੁਕਾਨ ਸੀ, ਉੱਥੇ ਇਹ ਕੰਮ ਸਿੱਖਦਾ ਸੀ ਮੋਟਰਾਂ ਤੇ ਮੋਟਰਾਂ ਮਤਲਬ ਬੰਨਣੀਆਂ ਸਿੱਖਦੇ ਸੀ ਇਹ। ਉਦੋਂ ਉਹ ਮੁੰਡਾ ਇੱਥੇ ਸਾਡਾ ਗਵਾਂਢੀ ਆ, ਉਹਦੀ ਵਿਚਾਰੇ ਦੀ ਡੈਥ ਹੋ ਗਈ ਉਹ, ਤੇ ਉਹਦੇ ਕੋਲ ਇਹ ਉੱਥੇ ਇਹ ਕੁਛ ਕਰਦੇ ਸੀ ਰਾਤ ਨੂੰ, ਪਤਾ ਨਹੀਂ ਕੀ ਦਿਨੇ ਕੀ ਕਰਦੇ ਸੀ। ਸਾਨੂੰ ਤਾਂ ਇਹ ਹੀ ਸੀਗਾ ਵੀ ਇਹ ਮੋਟਰਾਂ ਬੰਨਦੇ ਆ, ਜਦੋਂ ਬਸੰਤ ਉਦੋਂ ਹੀ ਪਤਾ ਲੱਗਾ ਵੀ ਜਦੋਂ ਇਹ ਘਰੋਂ ਮਤਲਬ ਚਲੇ ਗਿਆ। ਠੀਕ ਹੈ ਜੀ। 1986 ਦੇ ਵਿੱਚ ਭਾਈ ਦੀਪੇ ਦੀ ਕਿੰਨੀ ਕੁ ਉਮਰ ਹੋਊਗੀ? ਉਦੋਂ ਉਹਦੀ ਉਮਰ ਹੋਊਗੀ ਮਤਲਬ 18 ਕੁ ਸਾਲ ਦਾ, 19 ਕੁ ਸਾਲ ਦਾ ਹੋਣਾ। ਅੱਛਾ ਜੀ। 19 ਸਾਲ ਤੋਂ ਥੱਲੇ ਹੀ ਉੱਪਰ ਨੇ। ਠੀਕ ਆ ਜੀ। 25-26 ਸਾਲ ਦਾ ਸ਼ਹੀਦ ਹੋ ਗਿਆ, 25 ਕੁ ਸਾਲ ਦਾ। ਅੱਛਾ ਜੀ। ਹਾਂਜੀ। ਸੂਰਮਿਆਂ ਦੀ ਕਹਿੰਦੇ ਹੁੰਦੇ ਉਮਰ, ਹਾਂਜੀ ਉਮਰ ਥੋੜੀ ਹੁੰਦੀ ਹੈ। ਹੋਰ ਭਾਈ ਗੁਰਦੀਪ ਸਿੰਘ ਦੀਪੇ ਨੇ ਬਹੁਤ ਸਾਰੇ ਜਿੱਦਾਂ ਚਲੋ ਆਪਾਂ ਪੜ੍ਹਦੇ ਹਾਂ ਤਾਂ ਉਹਨਾਂ ਦਾ ਬਹੁਤ ਥਾਂ ਤੇ ਬਹੁਤ ਥਾਂ ਉਹਨਾਂ ਦਾ ਜ਼ਿਕਰ ਆਉਂਦਾ ਨਾਂ ਦਾ, ਹਨਾ, ਕਿ ਇੱਥੇ ਆਹ ਐਕਸ਼ਨ ਹੋਇਆ, ਇੱਥੇ ਇੱਥੇ ਆਹ ਕਾਂਡ ਹੋਇਆ। ਬਿਲਕੁਲ। ਤੇ ਇੱਕ ਜਿਹੜਾ ਸਭ ਤੋਂ ਮਸ਼ਹੂਰ ਕਾਂਡ ਸੀ ਚਮਕੀਲੇ ਵਾਲਾ, ਹਨਾ। ਹਾਂਜੀ। ਤੇ ਜਦੋਂ ਚਮਕੀਲੇ ਵਾਲਾ ਕਾਂਡ ਹੋਇਆ ਤੇ ਉਸ ਵੇਲੇ ਜਦੋਂ ਪਿੰਡ 'ਚ ਪਤਾ ਲੱਗਾ ਹੋਣਾ ਵੀ ਭਾਈ ਗੁਰਦੀਪ ਸਿੰਘ ਦੀਪੇ ਦੇ ਸਾਥੀਆਂ ਦੇ ਨੇ ਚਮਕੀਲਾ ਸੋਧ ਦਿੱਤਾ, ਤੇ ਉਸ ਵੇਲੇ ਪਿੰਡ 'ਚ ਕਿੱਦਾਂ ਦਾ ਮਾਹੌਲ ਸੀ? ਨਹੀਂ ਜੀ, ਸਾਨੂੰ ਇਹ ਤਾਂ ਕੋਈ ਵੀ ਇੱਥੇ ਲਾਗੇ ਛਾਗੇ ਕੋਈ ਵਾਰਦਾਤ ਹੁੰਦੀ ਸੀ ਨਕੋਦਰ ਜ਼ਿਲ੍ਹੇ ਜਲੰਧਰ ਦੇ ਲਾਗੇ, ਉਹ ਆਪਣੇ ਬੰਦੇ ਦਾ ਹੀ ਨਾਂ ਲੱਗਦਾ ਸੀਗਾ ਕਿਉਂਕਿ ਇਹ ਜ਼ਿਆਦਾ ਫੇਮਸ ਜ਼ਿਆਦਾ ਮਸ਼ਹੂਰ ਸੀਗਾ ਇਹ। ਕੋਈ ਵੀ ਕੁਛ ਵੀ ਹੋ ਜਾਂਦਾ ਇਹ ਕਾਰ ਭਾਵੇਂ ਕੋਈ ਵੀ ਜਾਵੇ ਜਾਂ ਕੋਈ ਵੀ ਨਾ ਕਰੇ, ਨਾਂ ਇਹਦਾ ਹੀ ਲੱਗਦਾ ਸੀ। ਠੀਕ ਹੈ ਜੀ। ਹਾਂਜੀ, ਕਿਉਂਕਿ ਜਿਹੜਾ ਬੰਦਾ ਕੋਈ ਉਹ ਪੁਲਿਸ ਨੇ ਇੱਦਾਂ ਹੁੰਦੀ ਵੀ ਇਹਦਾ ਨਾਂ ਲਾ ਦਿਓ ਜੀ, ਹੋਰ ਹੁਣ ਕੀ ਵਾਲੀ ਭਾਜਣਾ ਟਕਾਨੀ, ਇਹਦਾ ਨਾਂ ਠੋਕ ਦਿਓ। ਠੀਕ ਹੈ ਜੀ। ਇੱਦਾਂ ਹੁਣ ਸਾਨੂੰ ਇੱਦਾਂ ਨਹੀਂ ਪਤਾ ਵੀ ਇਹ ਸਾਨੂੰ ਕਈ ਵਾਰੀ ਪੁੱਛਦੇ ਆ, ਪਰ ਸਾਨੂੰ ਇਹਨਾਂ ਬਾਰੇ ਗੱਲ ਨੂੰ, ਕਿਉਂਕਿ ਮੈਂ ਹੀ ਤਾਂ ਫਿਰ ਬਾਹਰ ਹੀ ਚਲੇ ਗਏ ਸੀ ਇੱਥੋਂ, ਸਾਨੂੰ ਤਾਂ ਪੁਲਿਸ ਹੀ ਨਹੀਂ ਛੱਡਦੀ ਸੀ। ਠੀਕ ਹੈ ਜੀ। ਹਾਂਜੀ, ਫਿਰ ਤਾਂ ਮੈਂ ਇੱਥੋਂ ਚਲੇ ਗਿਆ ਸੀ, ਜਰਮਨ ਚਲੇ ਗਿਆ, ਫਿਰ ਮੈਂ ਜਰਮਨ ਕਾਫੀ ਚਿਰ ਰਿਹਾ ਫਿਰ। ਠੀਕ ਹੈ। ਇੱਥੇ ਸਾਨੂੰ ਤਾਂ ਸੌਣ ਦਾ ਵੀ ਹੁਕਮ ਨਹੀਂ ਸੀ ਇੱਥੇ ਘਰ ਰਹਿਸ 'ਚ। ਅੱਛਾ ਜੀ। ਹਾਂਜੀ, ਅਸੀਂ ਬਹੁਤ ਮਤਲਬ ਮਾੜਾ ਟਾਈਮ ਅਸੀਂ ਦੇਖਿਆ। ਹਾਂਜੀ। ਉਸ ਦੌਰ ਦੇ ਵਿੱਚ ਮਤਲਬ ਬੰਦਿਆਂ ਦੇ ਮਤਲਬ ਬਈ ਰੱਬ ਹੀ ਮਤਲਬ ਰੱਖਣ ਵਾਲਾ, ਮਤਲਬ ਇੰਨੀ ਉਦੋਂ ਮਤਲਬ ਦਹਿਸ਼ਤ ਸੀ ਪੁਲਿਸ ਦੀ, ਕੋਈ ਹੋਰ ਕਈ ਹੁੰਦਾ ਸੀ, ਅਤੇ ਮਤਲਬ ਅਸੀਂ ਤਾਂ ਬਹੁਤ ਔਖੇ ਟਾਈਮ ਕੱਟਿਆ ਜੀ ਉਹ। ਹਾਂਜੀ, ਬੜਾ ਜਿੱਦਾਂ ਮਤਲਬ ਤੁਸੀਂ ਤੁਹਾਨੂੰ ਹੁਣ ਉਸ ਦੌਰ ਦੀ ਗੱਲ ਕਿੱਦਾਂ ਤੁਹਾਨੂੰ ਮੈਂ ਦੱਸਾਂ ਕਿ ਕਿੱਦਾਂ ਸਮਝਾਵਾਂ, ਮਤਲਬ ਜਿੰਨੇ ਉਦੋਂ ਤੁਹਾਨੂੰ ਪਤਾ ਹੀ ਆ ਵੀ ਤੁਸੀਂ ਪਿਛਲਾ ਕਿਸੇ ਨੂੰ ਪਿਛੋਕੜ ਪੁੱਛ ਕੇ ਦੇਖ ਲਓ, ਸੰਨ 84-82 ਤੋਂ ਲੈ ਕੇ ਤੇ 92-94 ਤੱਕ ਕਿੱਦਾਂ ਦਾ ਮਤਲਬ ਮਾਹੌਲ ਸੀਗਾ। ਸਹੀ ਹੈ। ਹਾਂਜੀ। ਤੇ ਭਾਈ ਗੁਰਦੀਪ ਸਿੰਘ ਦੀਪਾ ਜੀ ਪੜ੍ਹੇ ਕਿੰਨਾ ਸੀਗੇ? ਇਹ ਜੀ 9 ਕੁ ਜਮਾਤਾਂ ਪੜ੍ਹਿਆ ਸੀ, 10ਵੀਂ ਜੇ ਨਿਕਿਆ ਹੀ ਨਹੀਂ। ਇਹ ਫਿਰ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਨਾ, ਉਦੋਂ ਫਿਰ ਇਹਦਾ ਮਨ ਜਿਹੜਾ ਸੀ ਨਾ ਫਿਰ ਉੱਧਰ ਫਿਰ ਇਹਦੀ ਲਗਨ ਲੱਗ ਗਈ। ਇਹ ਕਹਿੰਦਾ ਵੀ ਹੁਣ ਮੈਂ ਤਾਂ ਨਾ ਪੜ੍ਹਨਾ ਅਤੇ ਨਾ ਮੈਂ ਕੋਈ ਖੇਤੀ ਕਰਨੀ ਨਾ ਕੁਛ ਨਹੀਂ, ਇਹਦਾ ਫਿਰ ਲਗਨ ਉੱਧਰ ਹੀ ਹੋ ਗਈ। ਜਿੱਦਾਂ ਮਤਲਬ ਉੱਧਰ ਇਹ ਜਿਹੜੇ ਖਾੜਕੂ ਸੀ ਮੁੰਡੇ, ਕਿਉਂਕਿ ਇਹਨਾਂ ਦਾ ਫਿਰ ਲਿੰਕ ਹੋ ਗਿਆ, ਇਹ ਫਿਰ ਉੱਧਰ ਹੀ ਇਹਦਾ ਧਿਆਨ ਹੋ ਗਿਆ। ਇਹ ਨਾ ਪੜ੍ਹਨ ਵਿੱਚ ਸੀ, ਨਾ ਖੇਤੀ ਸੀ, ਨਾ ਫਿਰ ਨਾਕਾਮੀ ਕੀਤਾ ਕੋਈ, ਇਹ ਫਿਰ ਬਸ ਉੱਧਰ ਨੂੰ ਫਿਰ ਕਹਿੰਦਾ ਵੀ ਮੈਂ ਹੁਣ ਉੱਧਰ ਨੂੰ ਹੀ ਚੱਲ ਜਾਣਾ। ਠੀਕ ਹੈ ਜੀ। ਸਾਨੂੰ ਵੀ ਨਹੀਂ ਪਤਾ ਲੱਗਾ, ਜੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇੱਦਾਂ ਦੇ ਜਿੱਦਾਂ ਮਤਲਬ ਇਸ ਲਹਿਰ 'ਚ ਚਲਾ ਗਿਆ ਜਾਂ ਕੀ ਹੋਇਆ, ਅਸੀਂ ਇਹਨੂੰ ਕਿਤੇ ਬਾਹਰ ਹੀ ਕੱਢ ਦਿੰਦੇ। ਸਾਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ, ਟਾਈਮ ਹੀ ਨਹੀਂ ਦਿੱਤਾ ਸਾਨੂੰ। ਅੱਛਾ ਜੀ। ਸਾਨੂੰ ਵੀ ਇੱਦਾਂ ਚੰਬਾ ਲੱਗਾ ਵੀ ਕੀ ਬਣ ਕੀ ਗਿਆ ਇਹ। ਅੱਛਾ ਜੀ। ਹਾਂ, ਜਿੱਦਾਂ ਉਦੋਂ ਲੋਕ ਬਾਹਰ ਜਾਂਦੇ ਸੀ, ਕੋਈ ਕਿਤੇ ਜਾਂਦਾ ਸੀ, ਕੋਈ ਕਿਤੇ, ਅਸੀਂ ਵੀ ਇਹਦਾ ਪਾਸਪੋਰਟ ਬਣਾਉਣ ਦੇ ਕਿਤੇ ਬਾਹਰ ਕੱਢ ਦਿੰਦੇ ਜੀ। ਬਾਪੂ ਜੀ, ਇੱਕ ਚੀਜ਼ ਹੋਰ, ਮੈਂ ਜਿੱਦਾਂ ਹੁਣ ਮੈਂ ਬਹੁਤ ਸਾਰੇ ਇੱਦਾਂ ਦੇ ਪਿੰਡਾਂ 'ਚ ਗਿਆ ਜਿਹੜੇ ਸ਼ਹੀਦ ਸਿੰਘਾਂ ਦੇ ਨਾਮ ਤੋਂ ਮਸ਼ਹੂਰ ਆ। ਹਾਂਜੀ। ਅਤੇ ਮੈਂ ਦੇਖਿਆ ਵੀ
ਸਿੱਖ ਕੌਮ ਬਹੁਤ ਮਹਾਨ ਹੈ, ਚਲੋ ਹੈਗੀ ਵੀ ਮਹਾਨ ਹੈ, ਪਰ ਇੱਕ ਚੀਜ਼ ਦੀ ਕਮੀ ਜ਼ਰੂਰ ਹੈਗੀ ਆ, ਜਿਹੜੇ ਸ਼ਹੀਦ ਸਿੰਘ ਆ ਉਹਨਾਂ ਦੀਆਂ ਪਿੰਡਾਂ ਦੇ ਵਿੱਚ ਕੋਈ ਯਾਦਗਾਰਾਂ ਨਹੀਂ, ਕੋਈ ਗੇਟ ਨਹੀਂ ਹੈਗੇ, ਇੱਦਾਂ ਦੀ ਇਸ ਚੀਜ਼ ਦੀ ਕਮੀ ਹੈਗੀ ਆ ਨਾ। ਉਹ ਤਾਂ ਜੀ ਹੁਣ ਇੱਦਾਂ ਕੋਈ ਮਤਲਬ ਕੋਈ ਬੰਦੇ ਜਿੱਦਾਂ ਇਕੱਠੇ ਹੋਣ, ਕਿਸੇ ਕਿਸੇ ਬੰਦੇ ਨੂੰ ਚਾਹਨਾ ਹੋਵੇ ਤਾਂ ਫੇਰ ਹੀ ਬਣਾਵੇ। ਹਾਂਜੀ ਇੱਦਾਂ, ਕਿਉਂਕਿ ਗੌਰਮੈਂਟ ਜਿਹੜਾ ਆਪਾਂ ਪਿੰਡ ਦੀ ਕੋਈ ਪੰਚਾਇਤ ਹੋਵੇ ਜਾਂ ਕੋਈ ਕੋਈ ਸੰਸਥਾ ਹੋਵੇ ਜਿਹਨੂੰ ਇਹਨਾਂ ਇੱਦਾਂ ਦੀਆਂ ਗੱਲਾਂ ਨਾਲ ਪਿਆਰ ਹੋਵੇ ਉਹ ਬਣਾ ਸਕਦੇ, ਆਪਾਂ ਹੁਣ ਇਕੱਲੇ ਤਾਂ ਬਣਾ ਨਹੀਂ ਸਕਦੇ। ਅਗਲੇ ਕਹਿਣਗੇ ਨਹੀਂ ਜੀ ਅਸੀਂ ਨਹੀਂ ਵੰਡ ਦੇਣਾ ਪਿੰਡ 'ਚ ਨਾਲੀ ਦੀ ਇੱਟ ਆਪਾਂ। ਹਾਂ ਉਹ ਹੁਣ ਉਹ ਰੋਕ ਦਿੰਦੇ, ਕਹਿਣੇ ਜੀ ਤੁਸੀਂ ਇੱਦਾਂ ਨਹੀਂ ਕਰ ਸਕਦੇ, ਕਿਉਂਕਿ ਇਹ ਜਿਹੜੀਆਂ ਗੱਲਾਂ ਹੁੰਦੀਆਂ ਇਹ ਲੋਕਾਂ ਦੇ ਥਰੂ ਹੁੰਦੀਆਂ, ਕਿਉਂਕਿ ਜਿਹੜੇ ਪੰਚਾਇਤ ਹੁੰਦੀ ਆ ਜਾਂ ਉਹਨਾਂ ਦਾ ਪੰਚਾਇਤ ਦਾ ਸਹਿਯੋਗ ਹੈ ਜਾਂ ਉਹਨਾਂ ਦਾ ਫਿਰ ਦਿਲ ਹੋਵੇ ਯਾਰ ਅਸੀਂ ਆਹ ਗੱਲ ਕਰਨੀ ਆ, ਪੈਸੇ ਤਾਂ ਇਕੱਠੇ ਹੋ ਜਾਂਦੇ ਆ ਇੱਦਾਂ ਦੇ ਕੰਮਾਂ ਨੂੰ, ਬਹੁਤ ਪੈਸੇ ਇਕੱਠੇ ਹੋ ਜਾਂਦੇ, ਪਰ ਕਿਸੇ ਦੀ ਸਲਾਹ ਹੋਵੇ, ਕਿਸੇ ਦੇ ਚਾਹਨਾ ਹੋਵੇ ਦਿਲ 'ਚ ਵੀ ਅਸੀਂ ਆਹ ਕੰਮ ਕਰਨਾ, ਉਹ ਹੋ ਜਾਂਦਾ ਫਿਰ ਇਹ। ਹਾਂ ਇਹ ਮਤਲਬ ਪੰਚਾਇਤ ਦੇ ਥਰੂ ਇੱਦਾਂ ਦੇ ਕੰਮ ਹੁੰਦੇ ਆ। ਅਸੀਂ ਮੈਂ ਚਾਹੂੰਗਾ ਕਿ ਭਾਈ ਗੁਰਦੀਪ ਸਿੰਘ ਦੀਪਾ ਜੀ ਦੇ ਕੋਈ ਬਚਪਨ ਦੀ ਸਾਨੂੰ ਕੋਈ ਗੱਲ ਸੁਣਾਓ, ਵੀ ਬਚਪਨ ਦੇ ਵਿੱਚ ਕਿੱਦਾਂ ਦਾ ਸੁਭਾਅ ਸੀ ਉਹਨਾਂ ਦਾ, ਐਲਟੀਸੀ ਜਾਂ ਉਸ ਵੇਲੇ ਦੀ ਕੋਈ ਗੱਲ। ਉਹ ਤਾਂ ਮਤਲਬ ਨਹੀਂ ਇੰਨਾ ਸ਼ਰਾਰਤੀ ਨਹੀਂ ਸੀ, ਉਦਾਂ ਮਤਲਬ ਬੀਬਾ ਸੀ। ਅੱਛਾ ਜੀ। ਤੇ ਛੋਟਾ ਜਿਹਾ ਜਿੱਦਾਂ ਬਾਹਲਾ ਛੋਟੇ ਜਿਹਾ ਬੰਦੇ ਦਾ ਕਿੱਦਾਂ ਪਤਾ ਮਤਲਬ ਸਾਡੇ 'ਚ ਵਿਚਰਦਾ ਸੀ, ਜਿੱਦਾਂ ਹੱਸਣਾ ਖੇਡਣਾ ਬਹੁਤ ਵਧੀਆ ਸੁਭਾਅ ਦਾ ਸੀ। ਅੱਛਾ ਜੀ। ਬਹੁਤ ਮਤਲਬ ਮਿੱਠਾ ਸੁਭਾਅ ਸੀ, ਉਹਨੂੰ ਕੋਈ ਬੰਦਾ ਕਹਿੰਦਾ ਨਹੀਂ ਸੀ ਵੀ ਇਹ ਇੱਦਾਂ ਦਾ ਕੰਮ ਕਰਦਾ, ਉਹਨੂੰ ਬੰਦੇ ਦੇ ਇੱਦਾਂ ਆਉਂਦੀਆਂ ਜਦੋਂ ਫੋਟੋ ਕਿਤੇ ਦੇਖ ਲਿਆ ਅਗਲੇ ਕਹਿੰਦੇ ਸੀ ਯਾਰ ਇਹ ਤਾਂ ਅਫਸਰ ਬੰਦਾ ਕੋਈ, ਇਹ ਕਿਤੇ ਬਹਿੰਦਾ ਸੀ ਨਾ ਲੋਕਾਂ ਦੇ ਵਿੱਚ ਤੇ ਉਹ ਲੋਕ ਕਹਿੰਦੇ ਕਿਸੇ ਨੇ ਕਹਿ ਦੇਣਾ ਆਹ ਬੰਦਾ ਇੱਦਾਂ, ਉਹ ਕਹਿੰਦੇ ਯਾਰ ਲੱਗਦਾ ਹੀ ਨਹੀਂ ਹੈ ਇਹ ਤਾਂ ਕੋਈ ਅਫਸਰ ਆ, ਵੀ ਜਿੰਨੀ ਇਹਦੀ ਪਰਸਨੈਲਿਟੀ ਹੁੰਦੀ ਸੀ। ਹਾਂਜੀ। ਮੈਂ ਤੁਹਾਨੂੰ ਫੋਟੋ ਦਿਖਾਉਂ ਮੇਰੇ ਫੋਨ 'ਚ ਆ। ਅੱਛਾ ਜੀ। ਉਹਦੀਆਂ ਤੁਸੀਂ ਪੱਗਾਂ ਬੰਨੀ ਉਹਦੇ ਦੇਖਿਓ, ਕੱਪੜੇ ਪਾਏ ਦੇਖਿਓ ਉਸ ਟਾਈਮ ਦੇ, ਅੱਜ ਤੋਂ 30-32 ਸਾਲ ਪਹਿਲਾਂ ਦੀ ਗੱਲ ਆ। ਅੱਜ ਕਿੰਨੇ ਹੋ ਗਏ, 23 ਚੜ ਪਿਆ, 92 ਕਿੰਨੇ ਸਾਲ ਹੋ ਗਏ, ਇਕੱਤੀ ਸਾਲ ਪੁਰਾਣੇ ਉਹਦੇ ਕੱਪੜੇ ਦੇਖਿਓ ਵੀ ਇਹ ਕੱਪੜੇ 31 ਸਾਲ ਪੁਰਾਣੇ ਮਤਲਬ ਕੱਪੜੇ ਉਹਦੇ ਪਾਏ, ਮਤਲਬ ਏਦਾਂ ਲੱਗਦਾ ਯਾਰ ਇਹ ਤਾਂ ਅੱਜ ਦੇ ਯੁੱਗ ਦੇ ਕੱਪੜੇ ਆ। ਅੱਛਾ ਜੀ। ਉਹ ਤੁਸੀਂ ਰੱਖੇ ਹੋਏ ਤਾਂ ਕੱਪੜੇ ਨਹੀਂ ਰੱਖੇ, ਉਹ ਤਾਂ ਫੋਟੋ ਆ ਉਹਦੀਆਂ। ਹਾਂ ਜੀ। ਤੇ ਉਸ ਟਾਈਮ ਦੀ ਕੋਈ ਨਿਸ਼ਾਨੀ ਕੋਈ ਰੱਖੀ ਹੋਵੇ ਜਿਹੜੀ? ਨਿਸ਼ਾਨੀ ਪੱਗ ਸੀਗੀ, ਉਹ ਮੈਂ ਬੰਦੇ ਨੂੰ ਕੋਈ ਦੇਤੀ ਸੀ ਪਿਛਲੇ ਤੋਂ ਪਿਛਲੇ ਸਾਲ, ਪੱਗ ਇੱਥੇ ਨਕੋਦਰ ਬੰਦੇ ਆਏ ਸੀ ਇੰਗਲੈਂਡ ਤੋਂ, ਤਾਂ ਉਹਨਾਂ ਨੂੰ ਮੈਨੂੰ ਤੇ ਪੁੱਛਿਆ ਫੋਨ ਕਰਕੇ ਵੀ ਮੈਂ ਕਿਹਾ ਯਾਰ ਪੱਗ ਆ ਤਾਂ ਧੋਣ ਵਾਲੀ ਹੈ, ਮੇਰੇ ਸਿਰ 'ਤੇ ਵੱਡੀ ਗ੍ਰੀਨ ਪੱਗ ਸੀ। ਅੱਛਾ ਜੀ। ਤੇ ਕਹਿੰਦੇ ਯਾਰ ਇਹ ਹੀ ਦੇ ਤੂੰ ਸਾਨੂੰ ਪੱਗ, ਮੈਂ ਕਿਹਾ ਯਾਰ ਤਾਂ ਧੋਣ ਵਾਲੀ ਆ, ਤੂੰ ਧੋ ਕੇ ਮੈਂ ਲਿਆਉਣਾ ਘਰੋਂ। ਕਹਿੰਦਾ ਨਹੀਂ ਧੋਣੀ ਨਹੀਂ, ਇੱਦਾਂ ਹੀ ਦੇ, ਅਸੀਂ ਆਪੇ ਧੋ ਲਵਾਂਗੇ। ਸਹੀ ਹੈ ਜੀ। ਮੈਂ ਤੁਹਾਨੂੰ ਦੱਸਦਾ, ਮੈਂ ਇੰਗਲੈਂਡ ਗਿਆ ਸੀ ਤਾਂ ਉੱਥੇ ਮੈਂ ਦੇਖਿਆ ਜਿਹੜਾ ਗੁਰੂ ਘਰ ਆ, ਉਹ ਗੁਰੂ ਘਰ ਦੇ ਅੱਗੇ ਜਦੋਂ ਐਂਟਰ ਹੁੰਦੇ ਆ ਤਾਂ ਉੱਥੇ ਬਹੁਤ ਸਾਰੀਆਂ ਰੱਖੀਆਂ ਚੀਜ਼ਾਂ, ਸ਼ਹੀਦਾਂ ਦੀਆਂ ਰੱਖੀਆਂ, ਉਹਨਾਂ ਦੇ ਕੱਪੜੇ ਹਾਂਜੀ 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 ਉਹ ਰੱਖੀਆਂ ਹੋਈਆਂ। ਇਹ ਆਪਣੇ ਸਿੰਘ ਦੀ ਪੱਗ ਹੀ ਸੀਗੀ, ਮੇਰੇ ਕੋਲ ਪੱਗ ਫਿਰ ਦੇ ਦਿੱਤੀ ਆਪਾਂ। ਠੀਕ ਆ ਜੀ। ਹਾਂ ਤੇ ਅਬ ਤਾਂ ਮੈਂ ਤੁਹਾਨੂੰ ਇੱਕ ਮੈਂ ਚੀਜ਼ ਹੋਰ ਚਾਹੂੰਗਾ ਕਿ ਉਸ ਟਾਈਮ ਦੀਆਂ ਪੁਰਾਣੀਆਂ ਕੋਈ ਫੋਟੋਆਂ, ਉਹ ਸਾਰੀਆਂ ਆਪਾਂ ਜੇ ਅੰਦਰ ਕੋਈ ਐਲਬਮ ਦੇ ਵਿੱਚ ਦੇਖ, ਉਹਦਾ ਫੋਟੋ ਦੂਜੇ 'ਚ ਆਪਣੇ ਏਦਾਂ ਗੀਠੀ ਤੇ ਰੱਖੀਆਂ ਜਿੱਦਾਂ ਆਪਣੇ ਅੰਦਰ, ਉਹ ਤੁਸੀਂ ਦੇਖ ਸਕਦੇ ਹੋ। ਆ ਜਾ ਦੇਖ ਲਓ, ਆ ਜਾ। ਇਹ ਤੁਸੀਂ ਆਹ ਫੋਟੋ ਆਹ ਦੀਪੇ ਦੀ ਆਪਣੇ ਦੀ, ਇਹ ਸੰਤਾਂ ਦੀ ਆ, ਉਦੋਂ ਬਾਬੇ ਗੁਰੂ ਗੋਬਿੰਦ ਸਿੰਘ ਦੀ, ਬਾਕੀ ਸੁੱਖਾ ਜਿੰਦੇ ਦੀ ਫੋਟੋ ਲੱਗੀ ਉੱਪਰ, ਬਾਕੀ ਇਹ ਆਪਣੇ ਕੈਲੰਡਰ ਤੇ ਫੋਟੋ ਸ਼ਹੀਦਾਂ ਦੀਆਂ। ਠੀਕ ਹੈ ਜੀ, ਠੀਕ ਹੈ। ਇਹ ਦੇਖੋ ਇਹ, ਤੇ ਬਾਕੀ ਤੁਸੀਂ ਅੰਦਰ ਆ ਜਾਓ, ਅੰਦਰ ਦੇਖ ਲਓ। ਇਹ ਸਾਡੀ ਮਾਤਾ, ਇਹ ਮੇਰਾ ਡੈਡੀ ਸੀਗੇ। ਅੱਛਾ ਜੀ। ਹਾਂਜੀ। ਇਹ ਮਾਤਾ ਜੀ ਕੀ ਨਾਮ? ਇਹ ਮੇਰਾ ਮਾਤਾ ਮੇਰੀ ਦਾ ਨਾਮ ਸੀ ਗੁਰਬਚਨ ਕੌਰ। ਅੱਛਾ ਜੀ। ਇਹ ਮੇਰਾ ਬ੍ਰਦਰ ਹੈ, ਕੈਨੇਡਾ ਰਹਿੰਦਾ। ਠੀਕ ਹੈ ਜੀ, ਠੀਕ ਹੈ। ਇਹ ਉਹਨਾਂ ਦੀ ਵਾਈਫ ਆ ਸਾਡੀ, ਇਹ ਮੇਰੇ ਭਰਾ ਦੀ ਵਾਈਫ ਆ। ਹਾਂਜੀ। ਤੇ ਫਾਦਰ ਸਾਹਿਬ ਹਨਾ? ਹਾਂਜੀ, ਇਹ ਮੇਰੇ ਡੈਡੀ ਜੀ। ਠੀਕ ਹੈ ਜੀ। 2016 ਚ ਐਕਸਪਾਇਰ? ਹਾਂਜੀ, 2016 ਚ ਐਕਸਪਾਇਰ ਹੋ ਗਿਆ। ਤੇ ਆਹ ਦੀਪੇ ਦੀ ਆਪਣੇ ਦੀ, ਆਹ ਬਾਕੀ ਸਿੰਘਾਂ ਦੀਆਂ, ਆਹ ਦੂਜੇ ਸਿੰਘ ਆ, ਇਹ ਥੱਲੇ ਨਾਂ ਲਿਖੇ ਕਾਫੀ ਮੁੰਡੇ। ਹਾਂਜੀ 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 ਹਾਂਜੀ, ਇਹ ਮੁੰਡੇ ਸਾਰੇ
ਸਿੰਘ ਬੜਾ ਮਤਲਬ ਇਹਨਾਂ ਦਾ ਰਿਣੀ ਸੀਗਾ, ਇਹ ਵੀ ਦੀਪੇ ਦੀ ਆ, ਇਹ ਸੰਤਾਂ ਦੀ ਆ, ਆਹ ਹਰੀ ਪੱਗ ਦੀ ਗੱਲ ਕਰ, ਆਹ ਹਰੀ ਪੱਗ ਸੀਗੀ ਜੀ, ਹਾਂਜੀ ਇਹ ਹਰੀ ਪੱਗ ਮੈਂ ਇੰਗਲੈਂਡ ਦੇ ਦਿੱਤੀ, ਆਹ ਪੱਗ ਸੀ ਇਹ। ਅੱਛਾ ਜੀ, ਹਾਂਜੀ ਠੀਕ ਹੈ ਜੀ, ਹਾਂਜੀ ਹਾਂਜੀ, ਇਹ ਆਪਣੇ ਦੀ, ਇਹ ਅਭੀ ਦੀਪੇ ਦੀ ਫੋਟੋ ਆ, ਹਾਂਜੀ ਇਹ ਅਸੀਂ ਜਦੋਂ ਕੋਈ ਹੁੰਦਾ ਸਾਡੇ ਇੱਥੇ ਛਿੰਝ ਛੁੰਝ ਹੁੰਦੀ ਆ, ਫਿਰ ਸਾਡੀ ਪੰਚਾਇਤ ਆ, ਸਾਡੇ ਸਰਪੰਚ ਸਾਹਿਬ ਉਹ ਬਹੁਤ ਇਹ ਕਰਦੇ ਆ। ਅੱਛਾ ਜੀ, ਇਹਦਾ ਆਪਣੇ ਦੀਪੇ ਦੇ ਨਾਲ ਹੀ ਮਤਲਬ ਉਹ ਵੀ ਵਿਚਰਦੇ ਰਹੇ ਆ ਪਹਿਲੀਆਂ ਚ। ਅੱਛਾ ਜੀ, ਉਹਨਾਂ ਨੇ ਫਿਰ ਜਦੋਂ ਫਿਰ ਉਹ ਕਹਿੰਦਾ ਉਹਨਾਂ ਇਹਦਾ ਨਾਂ ਲੈਣਾ ਆਪਾਂ ਦੀਪੇ ਦਾ, ਠੀਕ ਹੈ ਜੀ, ਤੇ ਉਹ ਫਿਰ ਮੋਟਰਸਾਈਕਲ ਆਪਾਂ ਦਿੱਤਾ ਸੀ, ਆਪਾਂ ਹਰ ਸਾਲ ਹੀ ਦੇਈਦਾ ਆ, ਠੀਕ ਹੈ, ਜਦੋਂ ਛਿੰਝ ਆਉਂਦੀ ਨਾ ਆਪਾਂ ਕੁਛ ਨਾ ਕੁਛ ਦੇਈਦਾ, ਜਾਂ ਪੈਸੇ ਦੇਈਦੇ ਆ, ਜਾਂ ਕੁਛ ਦੇਈਦਾ ਕੁਛ, ਠੀਕ ਹੈ ਜੀ, ਠੀਕ ਹੈ। ਹਾਂ, ਸਾਡਾ ਭਰਾ ਜਿਹੜਾ ਕੈਨੇਡਾ ਵਾਲਾ, ਹਾਂਜੀ ਹਾਂਜੀ, ਉਹ ਮਦਦ ਕਰਦਾ ਹੁੰਦਾ, ਹਾਂਜੀ ਠੀਕ ਹੈ। ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਨਵੀਂ ਪਨੀਰੀ ਆ ਉਹਨੂੰ ਪਤਾ ਲੱਗਦਾ, ਪਤਾ ਲੱਗਦਾ ਕਿਸੇ ਦਾ ਨਾਂ ਬੋਲਦੇ ਆ, ਸ਼ੀਲਡ ਦੇ ਉੱਪਰ ਨਾਂ ਲਿਖਿਆ ਹੁੰਦਾ, ਕਿਸੇ ਦੇ ਘਰ ਜਾਂਦੀ ਹੈ ਨਾ, ਹਾਂਜੀ ਫਿਰ ਪਤਾ ਲੱਗਦਾ, ਪਤਾ ਲੱਗਦਾ, ਹਾਂਜੀ। ਉਹ ਵੀ ਇਹ ਵੀ ਦੀਪੇ ਦੀ ਆ, ਇਹ ਵੀ ਕੈਨੇਡਾ ਦਾ ਇਹ ਛਪਿਆ ਕੈਲੰਡਰ। ਅੱਛਾ ਜੀ, ਆਹ ਆਪਣੇ ਸਿੰਘ ਦੀ ਫੋਟੋ, ਆਹ ਹਾਂਜੀ ਹਾਂਜੀ ਹਾਂਜੀ, ਇਹ ਇਹ ਇੱਥੇ ਕਿਤੇ ਉਧਰੋਂ ਕਿਤੇ ਕੈਨੇਡਾ ਦੇ ਛਪਿਆ ਹੋਇਆ ਹੈ, ਆਹ ਦੇਖੋ, ਹਾਂਜੀ। ਇਹ ਫਿਰ ਜੇ ਕੋਈ ਕੈਲੰਡਰ ਕਲੁੰਡਰ ਕੋਈ ਹੋਵੇ ਤਾਂ ਆਪਾਂ ਦੇ ਜਾਂਦੇ, ਜਿੱਦਾਂ ਕੋਈ ਤੁਹਾਡੇ ਵਰਗੇ ਮੁੰਡੇ ਕੋਈ ਜਿਹੜੇ ਜਾਣੂ ਆ ਤੇ ਉਹ ਫਿਰ ਦੇ ਜਾਂਦੇ ਆ ਇੱਦਾਂ। ਨਹੀਂ ਦਾੜੀ ਵੀ ਕੱਟ ਕੇ ਕਈ ਭੇਸ ਸੀ ਇਹਦੇ, ਫਿਰ ਪੁਲਿਸ ਤੋਂ ਫੋਟੋ ਹੱਥ ਜਾ ਜਾਂਦੀ, ਫਿਰ ਭੇਸ ਬਦਲ ਲੈਣਾ ਕੁਛ ਨਾ ਕੁਛ ਇੱਦਾਂ, ਤਾਂ ਹੀ ਇੰਨਾ ਟਾਈਮ ਕੱਟ ਗਿਆ ਇਹ, ਉਦੋਂ ਕਿਤੇ ਕੱਟਣਾ ਸੀ ਇੱਦਾਂ। ਹਾਂਜੀ ਦਾੜੀ ਦੇ, ਕਦੀ ਦਾੜੀ ਮਤਲਬ ਕਦੇ ਕੁਛ ਕਰ ਲੈਣਾ, ਕਦੀ ਕੁਛ, ਕਦੀ ਕਿੱਦਾਂ ਕਿੱਦਾਂ, ਹਾਂਜੀ ਇੱਦਾਂ। ਇੱਥੇ ਪੜਿਆ ਉਹ, ਉਦੋਂ ਆਹ ਕਿੱਥੇ ਸੀ, ਉਦੋਂ ਆਹ ਸਕੂਲ ਕਿੱਥੇ ਸੀਗੇ, ਆਹ ਜਿਹੜੇ ਹੁਣ ਆ ਇੰਗਲਿਸ਼ ਸਕੂਲ, ਉਦੋਂ ਤਾਂ ਹੈ ਹੀ ਨੀ ਸੀ ਕੋਈ ਉਹਨਾਂ ਟੰਮਾਂ ਚ, ਉਦੋਂ ਗੌਰਮੈਂਟ ਸਕੂਲ ਹੁੰਦਾ ਸੀ। ਸਾਡੇ ਸਕੂਲੇ, ਸਾਡੇ ਟਾਈਮ ਚ ਦੋ ਹੀ ਸਕੂਲ ਹੁੰਦੇ ਸੀ, ਇੱਕ ਸੀਗਾ ਆਰੀਆ ਸਕੂਲ ਤੇ ਇੱਕ ਗੌਰਮੈਂਟ ਸਕੂਲ ਹੁੰਦਾ ਸੀ। ਬਸ ਇੱਕ ਚ ਕੁੜੀਆਂ ਪੜ੍ਹਦੀਆਂ ਹੁੰਦੀਆਂ ਸੀ, ਇੱਕ ਚ ਮੁੰਡੇ ਪੜ੍ਹਦੇ ਹੁੰਦੇ ਸੀ, ਇੱਕ ਗੌਰਮੈਂਟ ਸਕੂਲ ਕੁੜੀਆਂ ਦਾ ਸੀ, ਇੱਕ ਮੁੰਡਿਆਂ ਦਾ ਸੀ, ਏਦਾਂ ਹੀ ਇੱਕ ਆਰੀਆ ਸਕੂਲ ਮੁੰਡਿਆਂ ਦਾ ਸੀ, ਇੱਕ ਕੁੜੀਆਂ ਦਾ ਸੀ। ਉਹ ਪਿੰਡ ਤੁਹਾਡੇ? ਨਹੀਂ ਉਹ ਨਕੋਦਰ ਸੀ, ਅਸੀਂ ਇੱਥੋਂ ਨਕੋਦਰ, ਇੱਥੋਂ ਅਸੀਂ ਪੰਜਵੀਂ ਕੀਤੀ ਬਸ। ਅੱਛਾ ਜੀ, ਪੰਜਵੀਂ ਕਰਕੇ ਫਿਰ ਅਸੀਂ ਆਰੀਆ ਸਕੂਲੇ ਮੈਂ ਤਾਂ ਪੜ੍ਹਨ ਲੱਗ ਪਿਆ। ਦੀਪਾ ਜਦੋਂ ਫਿਰ ਵੱਡਾ ਹੋਇਆ ਉਹ ਇੱਥੇ ਪਿੰਡੇ ਹੀ ਪੜਿਆ। ਸਾਡਾ ਪਿੰਡ ਸਕੂਲ ਜਿੱਦਾਂ ਮਤਲਬ ਅਪਗ੍ਰੇਡ ਹੋ ਗਿਆ ਸੀ, ਹੁਣ ਤਾਂ ਬਾਰਵੀਂ ਤੱਕ ਹੋਇਆ ਆ। ਉਦੋਂ ਸਾਡਾ ਫਿਰ ਸਰਪੰਚ ਸਾਹਿਬ ਗੁਰਦਿਆਲ ਸਿੰਘ ਸੀਗੇ, ਉਹਨਾਂ ਨੇ ਫਿਰ ਉਹ ਇਹ ਜਿਹੜਾ ਸਕੂਲ ਸੀ ਫਿਰ ਵੱਡਾ ਕਰਾਇਆ ਤੇ ਕਾਫੀ ਉਹ ਬੰਦੇ ਦੀ ਵੀ ਕਾਫੀ ਚੱਲਦੀ ਸੀ ਸਰਪੰਚ ਦੀ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ ਆ। ਹਾਂਜੀ, ਉਹਨਾਂ ਨੇ ਫਿਰ ਸਾਡੇ ਪਿੰਡ ਸਕੂਲ ਬਣਾਇਆ ਸੀ ਦਸਵੀਂ ਤੱਕ, ਸਾਡਾ ਲਾਗੇ ਲਾਗੇ ਸਾਡੇ ਹੀ ਸਕੂਲ ਹੁੰਦਾ ਸੀ ਦਸਵੀਂ ਤੱਕ, ਨਹੀਂ ਤਾਂ ਹੋਰ ਕਿਤੇ ਨਹੀਂ ਸੀ ਹੁੰਦਾ। ਹਾਂਜੀ, ਤੁਹਾਡਾ ਕਾਫੀ ਵੱਡਾ ਲੱਗਦਾ, ਸਾਡਾ ਪਿੰਡ ਕਾਫੀ, ਮੇਰੇ ਖਿਆਲ 400-400 ਘਰ ਹੋਣਾ। ਅੱਛਾ ਜੀ, ਹਾਂਜੀ, ਤਾਂ ਕਾਫੀ ਵੱਡਾ, 400 ਦੇ ਲਾਗੇ ਹੋਣਾ ਹੀ ਆ। ਸਕੂਲ ਇਹ ਆਪਣਾ ਜੀ ਜਿਹੜਾ ਇੱਥੋਂ ਜਦੋਂ ਆਪਾਂ ਨਕੋਦਰ ਨੂੰ ਜਾਈਏ ਸੈਨਪੁਰ ਵਾਲੀ ਸੜਕ ਤੇ ਆ, ਇੱਥੋਂ ਥੋੜਾ ਆਪਣੇ ਘਰ ਤੋਂ ਜਾਣੀ 5 ਮਿੰਟ ਸਕੂਲ ਮੋਟਰਸਾਈਕਲ ਤੇ 4 ਮਿੰਟ ਲੱਗਦੇ। ਹਾਂਜੀ, ਉੱਥੇ ਜਿੱਥੇ ਪੜ੍ਹਿਆ, ਹਾਂਜੀ ਉੱਥੇ ਉਹਨਾਂ ਨੇ, ਹਾਂਜੀ 9 ਹੀ ਕਲਾਸਾਂ ਕੀਤੀਆਂ, ਜ਼ਿਆਦਾ ਨਹੀਂ ਪੜ੍ਹਿਆ ਸੀ, ਕਿਉਂਕਿ ਪੜ੍ਹਨ ਦਾ ਉਹਨੂੰ ਟਾਈਮ ਹੀ ਨਹੀਂ, ਉਹਨੇ ਪੜ੍ਹਨ ਵੱਲ ਧਿਆਨ ਹੀ ਨਹੀਂ ਦਿੱਤਾ ਉਹਨੂੰ। ਇਹ ਸੀ ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਦਾ, ਉਹਦਾ ਫਿਰ ਮਨ ਜਿਹੜਾ ਸੀ ਨਾ, ਬਸ ਮਨ ਜਿਹੜਾ ਉਹਦਾ ਫਿਰ ਦਿਲ ਉਹਦਾ ਬਲੁੰਦਰ ਹੋ ਗਿਆ ਵੀ ਸਾਡੇ ਨਾਲ ਕੀ ਹੋ ਗਿਆ, ਕੀ ਬਾਤ ਗੱਲ ਆ, ਕੀ ਬਾਤ ਆ, ਕੀ ਨਹੀਂ। ਤੇ ਜਦੋਂ ਭਾਈ ਸਾਹਿਬ ਸ਼ਹੀਦ ਹੋ ਜਾਂਦੇ ਆ ਤਾਂ ਉਹਨਾਂ ਦਾ ਜਿਹੜਾ ਸੰਸਕਾਰ ਆ ਇਸੇ ਪਿੰਡ ਚ ਇੱਥੇ? ਨਹੀਂ, ਉਹ ਜੀ ਫਲੋਰ ਕੀਤਾ ਸੀ। ਅੱਛਾ ਜੀ, ਫਲੋਰ ਕੀਤਾ, ਫਲੋਰ ਸਾਡੀ ਮਾਤਾ ਗਈ ਸੀ, ਮੇਰੇ ਡੈਡੀ ਗਏ ਸੀ, ਮੈਂ ਤਾਂ ਉਦੋਂ ਬਾਹਰ ਸੀਗਾ। ਅੱਛਾ ਜੀ, ਇਹਨਾਂ ਨੇ ਫਿਰ ਕੀਤਾ, ਮਾਤਾ ਮੇਰੀ ਦਾਦੀ ਸੀ, ਫਿਰ ਸਾਨੂੰ ਫਿਰ ਸੁਨੇਹਾ ਆਇਆ ਸੀ ਪੁਲਿਸ ਦਾ, ਬੈਨ ਆਈ ਸੀ ਪੁਲਿਸ ਦੀ, ਫਿਰ ਉਹ ਲੈ ਕੇ ਗਈ ਉੱਥੇ ਜਾ ਕੇ, ਫਿਰ ਉਹ ਜਿੱਦਾਂ ਮਤਲਬ ਚਲੋ ਫਿਰ ਵੀ ਅਸੀਂ ਕਹਿੰਦੇ ਬਈ ਜਿੱਦਾਂ ਵੀ ਅਰਦਾਸ ਕੀਤੀ, ਕਈਆਂ ਦੀਆਂ ਤਾਂ ਲਾਸ਼ਾਂ ਨਹੀਂ ਦਿੱਤੀਆਂ, ਹਾਂ ਅਸੀਂ ਕਹਿੰਦੇ ਚੱਲ ਫਿਰ ਵੀ ਕੋਈ ਸਾਨੂੰ ਸਾਡੀ ਮਾਂ ਨੇ ਉਹਦਾ ਮੂੰਹ ਦੇਖ ਲਿਆ, ਠੀਕ ਨਹੀਂ, ਅਤੇ ਕੋਈ ਚੰਗਾ ਪੁਲਿਸ ਅਫਸਰ ਆਊਗਾ ਜਿਹਨੇ ਮਤਲਬ ਕਹਿੰਦਾ ਹੋਣਾ ਚਲੋ ਯਾਰ ਬਈ ਮਾਤਾ ਨੂੰ ਉਹਦੇ ਦਰਸ਼ਨ ਕਰਾ ਦਈਏ ਪੁੱਤ ਦੇ ਉਹਦੇ ਨੇ। ਹਾਂਜੀ, ਕਈਆਂ ਦਾ ਤਾਂ ਲਾਸ਼ਾਂ ਨਹੀਂ ਦਿਖਾਲਦੇ, ਉਹਦੀ ਬੋਡੀ ਨਹੀਂ ਦਿਖਾਲਦੇ ਸੀ ਇੱਦਾਂ। ਕਦੀ ਕਦੀ ਭਰਾ ਲਾੜੀ ਪੈਂਦੇ ਆ, ਓਦਾਂ ਮਤਲਬ ਛੋਟਾ ਸੀ ਘੂਰ ਦੇਣਾ,
ਕਈ ਵਾਰੀ ਹੁਣ ਕਈ ਵਾਰੀ ਚਲੋ ਚੇਤਾ ਆਉਂਦਾ ਹੁਣ ਕਈ ਵਾਰੀ ਕਹੇ ਸੋਚੀ ਦਾ ਯਾਰ ਮੈਨੂੰ ਕਾਹਤੋਂ ਘੂਰਦਾ ਸੀ ਪੱਗ ਬੰਨਦਾ ਸੀ ਕੱਪੜੇ ਪਾਉਣ ਦਾ ਬਹੁਤ ਸ਼ੌਂਕ ਸੀ ਉਹਨੂੰ ਵਧੀਆ ਵਧੀਆ ਕੱਪੜੇ ਸੋਹਣੇ ਸੋਹਣੇ ਪਾਉਣੇ ਚਲੋ ਸਾਡਾ ਡੈਡੀ ਸੀਗਾ ਇਹ ਵੀ ਸੀ ਤਨਖਾਹ ਮਿਲਦੀ ਸੀ ਥੋੜ੍ਹੀ ਜਿਹੀ ਪੈਲੀ ਪੂਲੀ ਵੀ ਸੀਗੀ ਬੁੱਤਾ ਲੱਗਦਾ ਸੀ ਪਰ ਅਸੀਂ ਮਤਲਬ ਕਦੀ ਮਾੜਾ ਦਿਨ ਨਹੀਂ ਦੇਖਿਆ ਸੀ ਮਤਲਬ ਚੰਗਾ ਖਾਧਾ ਚੰਗਾ ਪੀਤਾ ਵਧੀਆ ਟਾਈਮ ਅਸੀਂ ਵਧੀਆ ਘਰ 'ਚ ਰਹੇ ਹਾਂ ਵਧੀਆ ਸਾਡਾ ਉਹਨਾਂ ਨੂੰ ਪਾਲਣ ਪੋਸ਼ਣ ਕੀਤਾ ਠੀਕ ਨਹੀਂ ਕਿਉਂਕਿ ਮਾਂ ਪਿਓ ਕਿਸੇ ਦੀ ਤਕਦੀਰ ਤਾਂ ਬਣਾਉਂਦਾ ਤਕਦੀਰ ਤਾਂ ਉੱਤੋਂ ਬਣਦੀ ਹੈ ਠੀਕ ਹੈ ਨਹੀਂ ਕਿਉਂਕਿ ਮਹਾਰਾਜ ਜਿਹੜਾ ਲੇਖ ਲਿਖਦਾ ਉਹ ਹੀ ਲਿਖ ਉਹਦੇ ਲੇਖ ਹੀ ਇੱਦਾਂ ਦੇ ਅਸੀਂ ਕੀ ਕਰਦੇ ਫਿਰ ਹੁਣ ਸਹੀ ਗੱਲ ਆ ਕਿਸੇ ਦਾ ਜੀ ਕਰਦਾ ਹੋਵੇ ਆਪਣਾ ਬੱਚਾ ਜਾਂ ਕਿਸੇ ਨੂੰ ਪਰ ਇਹ ਦੂਏ ਪਾਸੇ ਇਹ ਵੀ ਚੀਜ਼ ਆ ਜੀ ਹੁਣ ਦੇਖੋ ਹਾਂਜੀ ਇੱਥੇ ਸਾਰੇ ਆਏ ਆ ਸਾਰਿਆਂ ਨੇ ਚੱਲ ਜਾਣਾ ਜੀ ਚੱਲ ਜਾਣਾ ਪਰ ਕੁਛ ਕੀ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਬਾਅਦ ਚ ਲੋਕੀ ਨਾ ਯਾਦ ਜਿਨ੍ਹਾਂ ਦਾ ਨਾਂ ਚੇਤੇ ਰਹਿੰਦੇ ਆ ਮੈਨੂੰ ਮੈਂ ਉਹੀ ਗੱਲ ਕਰਨੀ ਸੀ ਤੁਹਾਡੇ ਨਾਲ ਤੁਸੀਂ ਚਲੋ ਕਰ ਹੀ ਦਿੱਤੀ ਆ ਚਲੇ ਅਸੀਂ ਵੀ ਜਾਣਾ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ ਇੱਕ ਦਿਨ ਵੱਧਾ ਮਹਾਰਾਜ ਨੇ ਸਹੀ ਗੱਲ ਆ ਉਹਦਾ ਨਾਂ ਦੇਖ ਲਓ 31 ਸਾਲ ਆ ਗਿਆ ਸ਼ਹੀਦ ਨੇ ਕਿਹੜਾ ਦਿਨ ਆ ਜਿੱਦਣ ਉਹਦਾ ਨਾਂ ਨਹੀਂ ਲੈਂਦਾ ਕੋਈ ਕੋਈ ਦਿਨ ਨਹੀਂ ਜਿੱਦਣ ਮੈਂ ਕਿਤੇ ਓਦਾਂ ਲੋਕ ਗੱਲਾਂ ਕਰਦੇ ਹੋਣਗੇ ਜਿੱਦਾਂ ਕਿਤੇ ਮੈਂ ਬੈਠਾ ਵਾਂ ਭਾਵੇਂ ਆਪਣੀ ਪਿੰਡ ਦੀ ਸੱਥ 'ਚ ਹੀ ਬੈਠਾ ਵਾਂ ਕਦੀ ਨਾ ਕਦੇ ਦੀਪੇ ਦੀ ਗੱਲ ਨਿਕਲ ਹੀ ਜਾਣੀ ਹੈ ਹੁਣ ਵੀ ਮੈਂ ਕਹਿੰਦਾ ਮੈਂ ਕਿਹਾ ਯਾਰ ਦੀਪੇ ਦਾ ਗਾਣਾ ਆਇਆ ਸੁਣਨਾ ਉਹ ਫਿਰ ਤਾਸ਼ ਖੇਡਦੇ ਸੀ ਕਹਿੰਦੇ ਕੋਈ ਨਹੀਂ ਫਿਰ ਬਾਅਦ 'ਚ ਸੁਣਾਂਗੇ ਹਾਂ ਕਦੇ ਤੁਸੀਂ ਸੁਣਿਆ ਹੋਣਾ 3-2 ਮਿੰਟ ਤੋਂ ਵੀ ਘੱਟਦਾ ਹੀ ਆ ਹਾਂ ਅਤੇ ਉਹ ਮਤਲਬ ਕੋਈ ਨਾ ਕੋਈ ਗੱਲ ਉਹਦੀ ਕੋਈ ਨਾ ਕੋਈ ਚੱਲਦੀ ਰਹਿੰਦੀ ਕਿਤੇ ਨਾ ਕਿਤੇ ਅਤੇ ਉਹ ਮਤਲਬ ਮਰ ਅਸੀਂ ਵੀ ਜਾਣਾ ਸਾਡਾ ਕਿਸੇ ਨਾਂ ਨਹੀਂ ਲੈਣਾ ਅਤੇ ਦੇਖ ਲਓ ਉਹਦਾ ਰਹਿੰਦੀ ਦੁਨੀਆਂ ਤੱਕ ਨਾਂ ਜੋ ਉਹ ਜਦੋਂ ਅਸੀਂ ਚੱਲ ਜਾਣਾ ਉਹਦੀਆਂ ਇੱਥੇ ਕਈ ਕੁਛ ਬਣ ਜਾਣਾ ਗੌਰਮੈਂਟ ਨੇ ਫਿਰ ਕਹਿਣਾ ਯਾਰ ਉਹਦਾ ਤਾਂ ਆਪਾਂ ਨਾਂ ਹੀ ਨਹੀਂ ਲਿਆ ਹੁਣ ਜਿੱਦਾਂ ਸ਼ਹੀਦ ਭਗਤ ਸਿੰਘ ਨੂੰ ਪਹਿਲਾਂ ਕਿਸੇ ਨੂੰ ਪੁੱਛਿਆ ਨਹੀਂ ਅਤੇ ਹੁਣ ਦੇਖ ਲਾ ਹੁਣ ਉਹਦੀ ਆਪਣੇ ਇਹ ਹਰਭਜਨ ਆਪਣੇ ਕੀ ਮੁੱਖ ਮੰਤਰੀ ਦਾ ਨਾਂ ਭਗਵੰਤ ਸਿੰਘ ਮਾਨ ਨੇ ਦੇਖ ਲਓ ਹੁਣ ਉਹਨਾਂ ਨੂੰ ਕਿੱਦਾਂ ਸਿਰ 'ਤੇ ਬਿਠਾ ਲਿਆ ਆਪਣੇ ਅਤੇ ਵਧੀਆ ਕਹਿੰਦੇ ਜੀ ਫੋਟੋ ਲਾ ਉਹਦੀ ਸਾਨੂੰ ਬੜਾ ਮਾਣ ਆ ਉਹਦੇ 'ਤੇ ਹੈ ਵੀ ਕਿੱਦਾਂ ਦਾ ਵਧੀਆ ਮੁੱਖ ਮੰਤਰੀ ਆਇਆ ਅਤੇ ਇਹਨੇ ਆਣ ਕੇ ਤਾਂ ਕਿੱਦਾਂ ਮਤਲਬ ਸ਼ਹੀਦ ਪਰਿਵਾਰ ਨੂੰ ਉਸ ਨੂੰ ਇਹ ਵੀ ਚੀਜ਼ ਤਾਂ ਜੀ ਦੇਖੋ ਮਸ਼ਹੂਰ ਇੱਕ ਨਾ ਮਸ਼ਹੂਰ ਤਾਂ ਜਿੱਦਾਂ ਸਾਨੂੰ ਕਹਿਣ ਨੂੰ ਦੇਖ ਲਓ ਉਲਾ ਨਿਹੰਗ ਵੀ ਸੀ ਸੰਤਾਂ ਦਾ ਨਾਂ ਸੰਤਾਂ ਦੀਆਂ ਫੋਟੋ ਲਾਈਆਂ ਮੈਂ ਫੋਟੋ ਗੱਡੀ ਦੇ ਮਗਰ ਸੰਤਾਂ ਦੀ ਜਦ ਕਿੰਨਾ ਸਾਲ ਹੋ ਗਿਆ ਮੈਨੂੰ ਹੁਣ ਤਾਂ ਸਾਰੇ ਹੀ ਲਾਈ ਫਿਰਦੇ ਆ ਉਦੋਂ ਫੋਟੋ ਕੋਈ ਲਾਉਂਦਾ ਨਹੀਂ ਡਰਦਾ ਮੈਂ ਕਿਹਾ ਵੀ ਅਸੀਂ ਤਾਂ ਲਾਉਣੀ ਹੀ ਲਾਉਣੀ ਜੋ ਮਰਜ਼ੀ ਹੋ ਜਾਵੇ ਅਸੀਂ ਮੈਂ ਕਿਹਾ ਨਾਂ ਟ੍ਰੈਡੀਸ਼ਨ ਅਸੀਂ ਮਨ ਤੋਂ ਨਹੀਂ ਡਰਦੇ ਠੀਕ ਨਹੀਂ ਅਸੀਂ ਸੰਤਾਂ ਨੂੰ ਨਹੀਂ ਛੱਡ ਸਕਦੇ ਕਿਉਂਕਿ ਸੰਤ ਸਾਡੇ ਜਿੱਦਾਂ ਮਤਲਬ ਸਾਡੀ ਕੈਟਾਗਰੀ ਦੇ ਆ ਉਹ ਕਿਉਂਕਿ ਅਸੀਂ ਉਹਨਾਂ ਨੂੰ ਕਦੀ ਨਹੀਂ ਛੱਡ ਸਕਦੇ ਕਦੀ ਉਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਕਦੀ ਵੀ ਉਹਦੇ ਨਾਲ ਦੇ ਜਿਹੜੇ ਮੁੰਡੇ ਆ ਕਦੀ ਉਹਨਾਂ ਨੂੰ ਨਹੀਂ ਅਸੀਂ ਭੁੱਲ ਸਕਦੇ ਅਸੀਂ ਮੈਂ ਉਹ ਵੀ ਸ਼ਹੀਦ ਹੋ ਗਿਆ ਸਾਰੇ ਸ਼ਹੀਦ ਹੋ ਗਿਆ ਦੋ ਤਿੰਨ ਮੁੰਡੇ ਜਰਮਨ ਦੋ ਜਰਮਨ ਆ ਦੋ ਇੰਗਲੈਂਡ ਆ ਇੱਕ ਤਾਂ ਮੁੰਡੇ ਦਾ ਬਹੁਤ ਆਉਂਦਾ ਹੁੰਦਾ ਉਹ ਬਹੁਤ ਮਤਲਬ ਜ਼ਿਕਰ ਕਰਦਾ ਹੁੰਦਾ ਲਵਸ਼ਿੰਦਰ ਡੱਲੇਵਾਲ ਉਹ ਬਹੁਤ ਇਹਦਾ ਦੀਪੇ ਆਪਣੇ ਦਾ ਕਰਦਾ ਉਹਦਾ ਕੋਈ ਨਾ ਕੋਈ ਆਈ ਰਹਿੰਦੀ ਯੂਟਿਊਬ ਤੇ ਤੇ ਇੱਕ ਮੁੰਡਾ ਗੁਰਚਰਨ ਸਿੰਘ ਗਰਾਂ ਉਹਦਾ ਨਹੀਂ ਕਦੀ ਆਇਆ ਉਹਦਾ ਕਾਫੀ ਇਹਦੇ ਨਾਲ ਦੇ ਕਾਫੀ ਮੁੰਡੇ ਗਏ ਆ ਉੱਥੇ ਅੱਛਾ ਜੀ ਇੱਕ ਚੀਜ਼ ਮੈਂ ਵੀ ਜਦੋਂ ਪੜ੍ਹਦਾ ਸੀ ਤਾਂ ਮੈਂ ਦੇਖਿਆ ਕਿ ਬਹੁਤ ਸਾਰੇ ਜਿੱਦਾਂ ਇੱਦਾਂ ਦੇ ਕਿੱਸੇ ਸੀਗੇ ਜਿਨ੍ਹਾਂ ਦੇ ਵਿੱਚ ਨਾਂ ਸੀ ਤੇ ਉਹ ਕਦੇ ਨਾਂ ਆਉਂਦਾ ਸੀ ਗੁਰਾਇਆਂ ਦਾ ਕਦੇ ਫਗਵਾੜੇ ਦਾ ਕਦੇ ਜਲੰਧਰ ਦਾ ਮਤਲਬ ਭਾਈ ਸਾਹਿਬ ਦੇ ਜਿਹੜੇ ਨਾਲ ਕਿੱਸੇ ਜੁੜੇ ਹੋ ਇਹ ਆਪਣੇ ਇਸ ਏਰੀਆ ਦੇ ਬਹੁਤ ਮਤਲਬ ਕਿੱਸੇ ਸੀਗੇ ਇਸ ਏਰੀਆ ਦੇ ਵਿੱਚ ਇਹ ਬਹੁਤ ਚਿਰ ਵਿਚਰਿਆ ਬਹੁਤ ਕਾਫੀ ਟਾਈਮ ਵਿਚਰਿਆ ਇਸ ਏਰੀਏ 'ਚ ਗਰਾਇਆ ਲੋਰ ਫਗਵਾੜਾ ਇਸ ਏਰੀਏ ਦੇ ਵਿੱਚ ਤਾਂ ਨਵਾਂ ਸ਼ਹਿਰ ਇਸ ਏਰੀਏ ਦੇ ਵਿੱਚ ਸਾਡਾ ਏਰੀਆ 'ਚ ਆਉਂਦਾ ਸੀ ਪਰ ਘੱਟ ਆਉਂਦਾ ਸੀ ਉੱਧਰ ਜ਼ਿਆਦਾ ਰਿਹਾ ਹੈ ਬਹੁਤ ਜ਼ਿਆਦਾ ਮੈਂ ਉਹਦੀਆਂ ਗੱਲਾਂ ਸਾਡੀ ਮਾਤਾ ਨੇ ਮੈਨੂੰ ਦੱਸੀਆਂ ਜਿੱਦਾਂ ਸਾਡੇ ਨਾਲ ਸਾਡੇ 'ਚ ਉਹ ਮਤ ਪਲਿਆ ਸਾਡੇ 'ਚ ਤਕੜਾ ਹੋਇਆ
ਸਾਡੇ 'ਚ ਨਿੱਕਾ ਜਿਹਾ ਖੇਲਦਾ ਮੈਂ ਤਾਂ ਮਤਲਬ ਉਹਦੇ ਸੁਭਾਅ ਦੀਆਂ ਗੱਲਾਂ ਤੁਹਾਡੇ ਨਾਲ, ਪਰ ਮੈਂ ਜੇ ਤੁਸੀਂ ਕਹੋ ਕੋਈ ਉਹ ਮਤਲਬ ਕੋਈ ਐਕਸ਼ਨ ਦੀ ਜਾਂ ਕੀ ਕਰਦਾ ਸੀ ਕੀ, ਇਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਜੀ। ਹਾਂ ਠੀਕ ਨੀ, ਬਾਹਰ ਵੀ ਮੈਂ ਚਲੇ ਗਿਆ ਫਿਰ ਅਸੀਂ ਤੂੰ ਪਤਾ ਕਿ ਉਦੋਂ ਫਿਰ ਪੁਲਿਸ ਦਾ ਬਹੁਤ ਦਬਦਬਾ ਸੀ, ਨਾ ਜੀ ਨਾ ਫੋਨ ਉਹ ਤਾਂ ਕਿੱਥੇ ਫੋਨ ਤੇ ਜਾ ਕੇ ਮੇਰਾ ਖਿਆਲ ਬਹੁਤ ਜਦੋਂ ਇਹ ਮੇਰਾ ਖਿਆਲ 2000 ਤੇ ਲੱਗ ਛੱਗ ਹੀ ਆਏ ਫੋਨ, 98 ਨੇ ਚਾਏ ਫੋਨ, ਸਿੰਗਲ ਸਿੰਗਲ ਫੋਨ ਪਹਿਲਾਂ ਬਸ ਬਸ ਹਾਂਜੀ 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 ਉਸ ਤੋਂ ਬਾਅਦ ਹੌਲੀ ਹੌਲੀ ਹਾਂਜੀ ਹੌਲੀ ਹੌਲੀ ਹਾਂਜੀ 2002-3 ਦੇ ਵਿੱਚ ਮੋਬਾਈਲ ਆਏ ਸੀ ਤੇ ਮਹਿੰਗੇ ਬਹੁਤ ਹੁੰਦੇ ਸੀ। ਹਾਂਜੀ ਹਾਂਜੀ ਇਹ ਹੁਣ ਫਿਰ ਯੂਟਿਊਬ ਤੇ ਲੋਕ ਗੱਲਾਂ ਪਾਉਂਦੇ ਆ ਉਹ, ਹਾਂਜੀ ਠੀਕ ਨੀ, ਆਪਾਂ ਕਿੱਦਾਂ ਇਦਾਂ ਮੈਂ ਥੋੜਾ ਦੱਸ ਸਕਦਾ, ਉਦੋਂ ਯੂਟਿਊਬ ਤੇ ਤੁਸੀਂ ਵੀ ਸੁਣੀਆਂ ਹੋਣੀਆਂ, ਮੈਂ ਵੀ ਸੁਣਦਾ ਜਦ ਮੈਂ ਇਹ ਗੱਲ ਅੱਖੀ ਦੇਖੀ ਹੋਵੇ ਸੁਣੀ ਹੋਵੇ ਫੇਰ ਮੈਂ ਤੁਹਾਨੂੰ ਦੱਸ ਸਕਦਾ, ਮੈਂ ਵੀ ਜਿੱਦਾਂ ਤੁਸੀਂ ਕਹਿੰਦੇ ਮੈਂ ਵੀ ਗੱਲਾਂ ਸੁਣੀਆਂ ਇੱਦਾਂ, ਮੈਂ ਵੀ ਯੂਟਿਊਬ ਤੇ ਹੁਣ ਖੋਲ ਕੇ ਸੁਣਨ ਲੱਗ ਪਈਆਂ ਠੀਕ ਨੀ। ਤੇ ਹਾਂਜੀ ਹਾਂਜੀ ਘਰ ਦਾ ਕੰਮ ਸਾਡੇ ਨਾਲ ਬਹੁਤ ਪੱਠੇ ਪਵਾਉਣੇ ਸਾਡੇ ਨਾਲ, ਤੇ ਮਤਲਬ ਖੇਤੀ ਵੀ ਕਰਾਉਣਾ ਕਰਦਾ ਸੀ ਕਰਾਉਂਦਾ ਸੀ ਨਾਲ ਮੇਰੇ, ਤੇ ਸਭ ਕੁਛ ਜਿੱਦਾਂ ਮਤਲਬ ਹੈਲਪ ਕਰਦਾ ਸੀ ਨਾਲ, ਤੇ ਛੋਟਾ ਸੀ ਉਦੋਂ ਅਸੀਂ ਘੱਟ ਹੀ ਕਹਿੰਦੇ ਸੀ ਨਿੱਕਾ ਸੀਗਾ, ਤੇ ਮਤਲਬ ਜੇ ਪੱਠੇ ਪਵਾ ਤੇ ਜਾਂ ਵਢਾ ਤੇ ਤੇ ਡੈਡੀ ਸਾਡਾ ਸਰਵਿਸ ਕਰਦੇ ਸੀ ਠੀਕ ਨਹੀਂ, ਸਾਡੀ ਮਾਤਾ ਸੀ ਸਾਡੀਆਂ ਦੋ ਭੈਣਾਂ ਸੀ ਵੀ ਅਸੀਂ ਭੈਣਾਂ ਸਾਡੀਆਂ ਵਿਆਹੀਆਂ, ਇੱਕ ਭੈਣ ਸਾਡੀ ਚੰਡੀਗੜ੍ਹ ਆ ਕਈ ਤੇ ਪਿੰਡ ਭੁੱਲਣਾ ਠੀਕ ਆ ਜੀ, ਤੇ ਫਿਰ ਮੈਨੂੰ ਇੰਗਲੈਂਡ ਘੱਲਿਆ। ਅੱਛਾ ਜੀ। ਤੇ ਮਤਲਬ ਫਿਰ ਮੈਂ ਉੱਥੋਂ ਇੰਗਲੈਂਡ ਤੋਂ ਆ ਗਿਆ। ਅੱਛਾ ਜੀ। ਫਿਰ ਬਾਅਦ 'ਚ 86 'ਚ ਫਿਰ ਭਗੌੜਾ ਹੋ ਗਿਆ, ਫਿਰ ਘਰ ਦਾ ਸਿਸਟਮ ਖਰਾਬ ਹੋ ਗਿਆ, ਇਹਦੇ ਦੌੜਨ 'ਚ ਫਿਰ ਕੰਮ ਖਰਾਬ ਹੋ ਗਿਆ। ਮੈਂ ਤੁਹਾਨੂੰ ਪਤਾ ਹੀ ਆ ਜਿਹੜੇ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਲੀ ਪੁਲਿਸ ਦੀ ਰੇਡ ਹੋਣੀ ਤਾਂ ਉਹ ਘਰ ਦਾ ਕੀ ਹਾਲ ਆਊਗਾ, ਘਰ ਤਾਂ ਇੱਕ ਵਾਰੀ ਪੁਲਿਸ ਆ ਜਾਵੇ ਤਾਂ ਲੋਕ 6 ਦਿਨ ਪੁੱਛ ਦਿੰਦੇ ਕਾਹਤੋਂ ਪੁਲਿਸ ਆਈ ਸੀ ਕੀ ਹੋਇਆ, ਇੱਥੇ 6-6 ਵਾਰੀ 5-5 ਵਾਰੀ ਰੇਡ ਹੋ ਜਾਂਦੀ ਘਰ ਸਾਡੇ ਠੀਕ ਨੀ, ਇੱਦਾਂ ਸੀ। ਨਹੀਂ ਆਪਣਾ ਘਰ ਪਹਿਲਾਂ ਪੁਰਾਣਾ ਸੀ ਸਾਡਾ ਜੱਦੀ ਘਰ ਪਿੰਡ 'ਚ, ਉਹ ਆਪਾਂ ਨਾ ਸਾਰਾ ਢਾਹਤਾ ਮਲਵਾ ਮਲਵਾ ਲਾ ਲਿਆ ਥਾਂ ਹੈਗਾ ਉਹ। ਅੱਛਾ ਜੀ। ਤੇ ਫਿਰ ਆਹ ਉਹਦਾ ਘਰ ਸਾਡਾ ਬਹੁਤ ਟਾਈਮ ਦਾ ਬਣਾਇਆ, ਸਾਡਾ ਇਹ ਘਰ ਬਣਾਏ ਨੂੰ ਹੋ ਹੀ ਗਿਆ ਮੇਰਾ ਖਿਆਲ 50 ਸਾਲ ਹੋ ਗਿਆ। ਅੱਛਾ ਜੀ ਠੀਕ ਹੈ। 50 ਹੋ ਗਿਆ, ਮੈਂ 14 ਸਾਲਾਂ ਹੁਣ ਮੇਰੀ 14 ਸਾਲਾਂ ਹੁਣ ਮੇਰੀ 63 ਸਾਲ ਉਮਰ ਆ। ਠੀਕ ਹੈ ਜੀ ਠੀਕ ਹੈ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਨੂੰ ਅੱਜ ਟਾਈਮ ਦਿੱਤਾ, ਤੇ ਬਹੁਤ ਬਹੁਤ ਤੁਹਾਡੀ ਦਿਲੋਂ ਮਿਹਰਬਾਨੀ। ਓਕੇ ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ।